ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਕਿਸਾਨ ਜਿੱਦਾਂ ਜਿਹੜਾ ਮੋਰਚਾ ਲਾਇਆ, ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ 26 ਜਨਵਰੀ ਨੂੰ ਥੋੜ੍ਹਾ ਬਹੁਤਾ ਉੱਥੇ ਹੋਇਆ ਆ, ਉਹਨੂੰ ਨਾ ਦੇਖਦੇ ਹੋਏ ਆਪਾਂ ਸਾਰੇ ਵੀਰ ਭੈਣ ਭਰਾ ਵੱਧ ਚੜ੍ਹ ਕੇ ਮੋਰਚੇ ਦੇ ਵਿੱਚ ਚੱਲੀਏ ਤਾਂ ਕਿ ਮੋਰਚਾ ਆਪਣਾ ਜਿਹੜਾ ਚੜ੍ਹਦੀ ਕਲਾ 'ਚ ਜਾਵੇ। ਆਪਾਂ ਇਹ ਸਾਰਿਆਂ ਦੇ ਕਿਸੇ ਦੀ ਕਿਸੇ ਗਲਤੀ ਨੂੰ ਨਹੀਂ ਚਿਤਾਰਨਾ, ਆਪਣੀਆਂ ਜਥੇਬੰਦੀਆਂ ਉੱਥੇ ਬਹੁਤ ਵਧੀਆ ਕੰਮ ਕਰ ਰਹੀਆਂ, ਆਪਾਂ ਸਾਰੇ ਵੀਰ ਭੈਣ ਭਰਾ ਉਹਨਾਂ ਜਥੇਬੰਦੀਆਂ ਦਾ ਸਾਥ ਦਈਏ ਅਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਚੜ੍ਹਦੀ ਕਲਾ 'ਚ ਜਿੱਦਾਂ ਪਹਿਲਾਂ ਆਪਾਂ ਸਾਥ ਦਿੱਤਾ ਉੱਦਾਂ ਹੀ ਫੇਰ ਸਾਥ ਦਈਏ ਅਤੇ ਆਪੋ ਆਪਣੇ ਪਿੰਡਾਂ 'ਚ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਚੱਲੀਏ। ਕਾਲਾ ਸੰਘਿਆਂ ਦੀ ਸੰਗਤ ਅਤੇ ਲਾਗੇ ਇਲਾਕੇ ਦੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਦਿਨ ਮੰਗਲਵਾਰ ਨੂੰ ਕਾਲਾ ਸੰਘਿਆਂ ਦੀ ਮੰਡੀ ਦੇ ਵਿੱਚੋਂ ਇੱਕ ਬਹੁਤ ਵੱਡਾ ਆਪਾਂ ਗੱਡੀਆਂ ਦਾ ਜਥਾ ਲੈ ਕੇ ਦਿੱਲੀ ਲਈ ਰਵਾਨਾ ਹੋਣਾ ਆ। ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਆਪੋ ਆਪਣੀਆਂ ਗੱਡੀਆਂ 'ਤੇ ਕਿਸਾਨੀ ਝੰਡੇ ਲਾ ਕੇ 10 ਵਜੇ ਠੀਕ ਕਾਲਾ ਸੰਘਿਆਂ ਮੰਡੀ ਆ ਜਾਇਓ। ਆਪਾਂ ਇੱਥੋਂ ਤੁਰ ਕੇ ਜਲੰਧਰ ਰਵਿਦਾਸ ਚੌਂਕ ਤਾਈਂ ਗੱਡੀਆਂ ਚੱਲਾਂਗੇ, ਗੱਡੀਆਂ ਆਪਣੇ ਨਾਲ ਨਾਲ ਚੱਲਣਗੀਆਂ। ਸੰਗਤ ਸਾਰੀ ਕਿਸਾਨੀ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ ਨਾਅਰੇ ਲਾਉਂਦੀ ਆਪਾਂ ਬੱਸ ਸਟੈਂਡ ਤਾਈਂ ਤੁਰ ਕੇ ਜਾਵਾਂਗੇ, ਉਦੋਂ ਗਾਂਹ ਆਪਾਂ ਗੱਡੀਆਂ ਦੇ ਵਿੱਚ ਰਵਾਨਾ ਹੋਵਾਂਗੇ। ਕਿਸੇ ਵੀ ਭੈਣ ਭਾਈ ਨੇ ਆਪਣੇ ਮਨ ਦੇ ਵਿੱਚ ਮਜੂਸੀ ਨਹੀਂ ਲਿਆਉਣੀ, ਆਪਾਂ ਮੋਰਚੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਆ। ਜੇ ਆਪਾਂ ਘਰ ਬਹਿ ਗਏ ਆਪਣੀਆਂ ਪੈਲੀਆਂ ਨਾਲ ਆਪਣੇ ਕੋਲ ਬਚੀਆਂ ਤਾਂ ਆਪਾਂ ਘਰ ਬੈਠਿਆਂ ਦਾ ਕੀ ਫਾਇਦਾ। ਕਿਸੇ ਵੀ